ਅੱਜ ਦੀ ਵੀਡੀਓ ਵਿੱਚ ਅਗਲੇ 24 ਘੰਟਿਆਂ ਦੀ ਮੌਸਮੀ ਸੂਰਤ ਹਾਲ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਵਾਲੇ ਹਾਂ ਕਿ ਆਉਣ ਵਾਲੇ 24 ਘੰਟਿਆਂ ਦੇ ਵਿੱਚ ਪਾਕਿਸਤਾਨ ਦੇ ਕਿਹੜੇ ਇਲਾਕਿਆਂ ਦੇ ਵਿੱਚ ਬਾਰਿਸ਼ ਹੋਣ ਦੇ ਅਮਕਾਨ ਮੌਜੂਦ ਨੇ। ਸਭ ਤੋਂ ਪਹਿਲੇ ਗੱਲ ਕਰਦੇ ਜਿਹੜੇ ਮੁਲਕ ਦੇ ਬੇਸ਼ਤਰ ਇਲਾਕਿਆਂ ਦੇ ਵਿੱਚ ਮੌਸਮ ਖੁਸ਼ਕ ਰਹੇਗਾ, ਤਾਂ ਹਮ ਜਨੂਬੀ ਪੰਜਾਬ ਤੇ ਬਲਾਈ ਸਿੰਧ ਤੇ ਮਸ਼ਕਰੀ ਬਲੋਚਿਸਤਾਨ ਤੇ ਗਿਰਗਰ ਬਲੋਚਿਸਤਾਨ, ਕਸ਼ਮੀਰ, ਖਿੱਤਾ ਪੋਟੋਹਾਲ ਤੇ ਖੈਬਰ ਪਖਤੂਨਖਾ ਦੇ ਵਿੱਚ ਤੇਜ਼ ਹਵਾਵਾਂ ਤੇ ਗਰਜ ਚਮਕ ਦੇ ਨਾਲ ਬਾਰਿਸ਼ ਪੈਣ ਦਾ ਅਮਕਾਨ ਜਿਹੜਾ ਮੌਜੂਦ ਹੈਗਾ। ਇਸ ਦੌਰਾਨ ਸ਼ਮਾਲੀ ਬਲੋਚਿਸਤਾਨ, ਖੈਬਰ ਪਖਤੂਨਖਾ ਦੇ ਵਿੱਚ ਚੰਦ ਮਕਾਮਾਤ ਉੱਤੇ ਮੂਸਾਧਾਰ ਬਾਰਿਸ਼ ਜਿਹੜੀ ਹੈ ਉਹ ਵੀ ਹੋ ਸਕਦੀ ਹੈ, ਉਹਦੀ ਤਵੱਕੋ ਮਹਿਕਮਾ ਮੌਸਮੀਆਤ ਦੀ ਤਰਫੋਂ ਕੀਤੀ ਜਾ ਰਹੀ ਹੈ। ਪੰਜਾਬ ਦੇ ਹਾਲ ਨਾਲ ਗੱਲਬਾਤ ਕੀਤੀ ਜਾਵੇ, ਪੰਜਾਬ ਵਿੱਚ ਮਰੀ, ਗਿਰਗਤ, ਰਾਵਲਪਿੰਡੀ, ਅਟਕ, ਚਕਵਾਲ, ਜੇਹਲਮ, ਰਾਜਨਪੁਰ, ਡੀਜੀਆਈ ਖਾਂ, ਮੁਲਤਾਨ, ਸਾਹੀਵਾਲ, ਉਕਾੜਾ, ਖਾਨੇਵਾਲ, ਪੱਤੋਕੀ, ਪਾਕਪਤਨ, ਬਹਾਵਰ ਨਗਰ ਔਰ ਬਹਾਵਰਪੁਰ ਦੇ ਵਿੱਚ ਚੰਦ ਮਕਾਮਾਤ ਉੱਤੇ ਤੇਜ਼ ਆਂਧੀ ਤੇ ਗਰਜ ਚਮਕ ਦੇ ਨਾਲ ਬਾਰਿਸ਼ ਦਾ ਅਮਕਾਨ ਜਿਹੜਾ ਮੌਜੂਦ ਹੈਗਾ। ਇਸ ਤੋਂ ਬਾਅਦ ਸਿੰਧ ਦੇ ਬੇਸ਼ਤਰ ਅਜ਼ਲਾਅ ਦੇ ਵਿੱਚ ਮੌਸਮ ਖੁਸ਼ਕ ਤੇ ਜਜ਼ਵੀ ਤੌਰ ਤੇ ਅਬੂਦ ਅਬੂਦ ਰਹੇਗਾ, ਤਾਂ ਹਮ ਚੰਦ ਇਲਾਕੇ ਲਾੜਕਾਨਾ, ਸਖਰ, ਜੈਕਬਾਬਾਦ ਤੇ ਇਸ ਤੋਂ ਬਾਅਦ ਸਾਹਲੀ ਇਲਾਕਾ ਜਾਤ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋਣ ਦੇ ਅਮਕਾਨ ਜਿਹੜੇ ਨੇ ਮੌਜੂਦ ਹੈਗੇ ਨੇ। ਖੈਬਰ ਪਖਤੂਨਖਾ ਦੇ ਵਿੱਚ ਬਾਲਾਕੋਟ, ਤੌਂਸਾ ਸ਼ਰੀਫ ਤੇ ਐਪਟਾਬਾਦ, ਚਿਤਰਾਰ, ਦੀ ਸਵਾਦ, ਹਰੀਪੁਰ, ਸੁਬਾਈ, ਮਰਦਾਨ, ਨੁਸ਼ਹਿਰਾ, ਪਿਸ਼ਾਵਰ ਤੇ ਇਸ ਤੋਂ ਬਾਅਦ ਚੰਦ ਦੂਜੇ ਇਹਨਾਂ ਗਿਰਦੋਨਵਾਂ ਇਲਾਕਿਆਂ ਦੇ ਅੰਦਰ ਲੱਕੀ, ਮਰਦਾਨ, ਵਜ਼ਾਰਸਤਾਨ, ਬੰਨੂ ਤੇ ਡੇਰਾ ਇਸਮਾਈਲ ਖਾਨ ਦੇ ਵਿੱਚ ਤੇਜ਼ ਹਵਾਵਾਂ ਤੇ ਗਰਜ ਚਮਕ ਦੇ ਨਾਲ ਬਾਰਿਸ਼ ਦਾ ਅਮਕਾਨ ਜਿਹੜਾ ਮੌਜੂਦ ਹੈਗਾ। ਨਾਲ ਜਿਹੜੀ ਵੀ ਵੈਦਰ ਦੀ ਅਪਡੇਟ ਹੈਗੀ ਹੈ ਇਹ ਮੁਖਤਲਿਫ ਅਜ਼ਲਾਅ ਦੇ ਵਿੱਚ ਫੈਲੀ ਹੋਈ ਹੈ, ਜਿਹਦੇ ਨਾਲ ਕਿਤੇ ਕਿਤੇ ਜਿਹੜੀ ਇੱਕ ਚੰਗੀ ਡਿਵੈਲਪਮੈਂਟ ਤੇ ਕਿਤੇ ਕਿਤੇ ਜਿਹੜੀ ਹੈ ਇੱਕ ਥੋੜੀ ਜਿਹੀ ਮਾੜੀ ਡਿਵੈਲਪਮੈਂਟ ਵੇਖਣ ਨੂੰ ਮਿਲਦੀ ਪਈ ਹੈ। ਅੱਜ ਬਰੋਜ਼ ਹਫ਼ਤੇ ਵਾਲੇ ਦਿਨ ਯਾਨੀ ਕਿ ਪਿਛਲੇ ਦਿਨ ਦੇ ਵਿੱਚ ਵੀ ਪੰਜਾਬ ਦੇ ਮੁਖਤਲਿਫ ਤੇ ਪਾਕਿਸਤਾਨ ਦੇ ਬੇਸ਼ਤਰ ਇਲਾਕਿਆਂ ਦੇ ਵਿੱਚ ਕਿਤੇ ਹਲਕੀ ਤੇ ਕਿਤੇ ਜ਼ਿਆਦਾ ਮੂਸਾਧਾਰ ਬਾਰਿਸ਼ ਵੇਖਣ ਨੂੰ ਵੀ ਮਿਲਦੀ ਰਹੀ ਹੈ ਤੇ ਅੱਜ ਆਉਣ ਵਾਲੇ ਅਗਲੇ 24 ਘੰਟਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਪੰਜਾਬ ਦੇ ਤੇ ਪਾਕਿਸਤਾਨ ਦੇ ਮੁਖਤਲਿਫ ਇਲਾਕਿਆਂ ਦੇ ਵਿੱਚ ਹਲਕੀ ਤੋਂ ਲੈ ਤੇ ਦਰਮਿਆਨੀ ਤੇ ਦਰਮਿਆਨੀ ਤੋਂ ਲੈ ਤੇ ਤੇਜ਼ ਮੂਸਾਧਾਰ ਬਾਰਿਸ਼ ਹੋਣ ਦੇ ਅਮਕਾਨ ਜਿਹੜੇ ਨੇ ਇਸ ਟਾਈਮ ਮੌਜੂਦ ਨੇ। ਹੁਣ ਜਿਹੜੀ ਇਸ ਵਕਤ ਤੇ ਹਾਜ਼ਰ ਮੌਕੇ ਦੀ ਡਿਵੈਲਪਮੈਂਟ ਹੈ ਉਹਦੇ ਮੁਤਾਬਕ ਪਾਕਿਸਤਾਨ ਦੇ ਮੁਖਤਲਿਫ ਇਲਾਕਿਆਂ ਦੇ ਵਿੱਚ ਜਿੰਨੇ ਕਿ ਖੈਬਰ ਪਖਤੂਨਖਾ ਦੇ ਚੰਦ ਇਲਾਕਾ ਜਾਤ ਤੇ ਸਿੰਧ ਦੇ ਚੰਦ ਇਲਾਕਾ ਜਾਤ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਜਦੋਂ ਕਿ ਚੰਦ ਪੰਜਾਬ ਦੇ ਐਸੇ ਇਲਾਕੇ ਨੇ ਜਿੱਥੇ ਮੂਸਾਧਾਰ ਤੇਜ਼ ਬਾਰਿਸ਼ ਹੋਣ ਦੇ ਅਮਕਾਨਾਤ ਜਿਹੜੇ ਨੇ ਵਾਧਾ ਤੌਰ ਤੇ ਮੌਜੂਦ ਹੈਗੇ ਨੇ। ਇਹ ਜਿੰਨੀ ਵੀ ਵੈਦਰ ਦੀ ਅਪਡੇਟ ਇਹ ਤੁਹਾਡੀ ਨਾਲ ਜਿਹੜੀ ਸ਼ੇਅਰ ਕੀਤੀ ਹੈ, ਪੰਜਾਬ ਦਾ ਜਿਹੜਾ ਆਪਣਾ ਵੈਦਰ ਦਾ ਇਦਾਰਾ ਹੈਗਾ ਉਹਦੇ ਤਹਿਤ ਜਿਹੜੀ ਅਪਡੇਟ ਮਿਲਦੀ ਹੈ ਉਹ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰ ਦਿੱਤੀ ਹੈ। ਇਸ ਅਪਡੇਟ ਨੂੰ ਤੁਸੀਂ ਅਗਰ ਖੁਦ ਵੀ ਪੜ੍ਹਨਾ ਹੋਵੇ ਤਾਂ ਲਿੰਕ ਡਿਸਕ੍ਰਿਪਸ਼ਨ 'ਚ ਮੌਜੂਦ ਹੈਗਾ, ਤੁਸੀਂ ਜਾ ਤੇ ਇੱਕ ਚੰਗੇ ਤਰੀਕੇ ਨਾਲ ਪੜ੍ਹ ਸਕਦੇ ਜੇ ਤੇ ਕਿ ਤੁਹਾਡੇ ਇਲਾਕੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੀ ਕੀ ਸੂਰਤ ਹਾਲ ਹੋਣ ਵਾਲੀ ਹੈ। ਉਮੀਦ ਹੈ ਕਿ ਵੈਦਰ ਦੇ ਹਵਾਲੇ ਨਾਲ ਵੀਡੀਓ ਤੁਹਾਨੂੰ ਪਸੰਦ ਆਈ ਹੋਏਗੀ। ਅਗਰ ਵੀਡੀਓ ਪਸੰਦ ਆਈ ਹੈ ਤਾਂ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਨਾ ਤਾਂ ਕਿ ਆਪਣੀਆਂ ਜਿੰਨੀਆਂ ਵੀ ਆਉਣ ਵਾਲੀਆਂ ਵੈਦਰ ਦੇ ਮੁਤਲਕਾ ਵੀਡੀਓ ਨੇ ਉਹ ਤੁਸੀਂ ਬਰ ਵਕਤ ਵੇਖ ਸਕੋ।